ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਆਈ ਆਂ ਇਸ ਤਰ੍ਹਾਂ ਬੰਦਾ ਆਪਣਾ ਡਿਜ਼ਾਈਨ ਇਹ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆਂ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕੋਟੀਆਂ ਸਵੈਟਰ ਜੈਂਟ ਸਵੈਟਰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆਂ ਇਸ ਨੂੰ ਬਣਾਉਣ ਲਈ ਜਿਹੜੇ ਆਪਾਂ ਕੁੰਡੇ ਰੱਖਣੇ ਹੋਣਗੇ ਉਹ ਆਪਾਂ 7 ਕੁੰਡੇ ਇੱਧਰਲੀ ਕੰਨੀ ਤੇ 7 ਕੁੰਡੇ ਇੱਧਰ 7575 757 ਇਸ ਤਰ੍ਹਾਂ ਕਰਕੇ ਆਪਾਂ ਕੁੰਡੇ ਲੈ ਲੈਣੇ ਆਂ ਤੇ ਮੈਂ ਇਸ ਨੂੰ ਜਿਹੜਾ ਵਰਧਮਾਨ ਦੇ ਤਿੰਨ ਪਲਾਈ ਪਾਛਮ ਨਾਲ ਬਣਾਇਆ ਹੋਇਆ 10 ਨੰਬਰ ਸਲਾਈਆਂ ਤੇ ਤੁਸੀਂ ਆਪਣੀ ਪਾਛਮ ਦੇ ਹਿਸਾਬ ਨਾਲ ਆਪਣੀਆਂ ਸਲਾਈਆਂ ਜਿਹੜੀਆਂ ਲੈ ਲੈਣੀਆਂ ਤੇ ਚਲੋ ਫਿਰ ਸਟਾਰਟ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਇਹ ਮੈਂ ਇਹਨਾਂ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਵਾਂਗੀ ਜੇਡਾ ਆਪਾਂ ਉੱਪਰ ਡਿਜ਼ਾਈਨ ਸਟਾਰਟ ਕਰਨਾ ਆਪੇ ਇਸੇ ਤਰ੍ਹਾਂ ਡਿਜ਼ਾਈਨ ਸਟਾਰਟ ਕਰਨ ਵਿੱਚ ਬਸ ਆਪਾਂ ਇਹੜੀਆਂ ਤਿੰਨ ਸਲਾਈਆਂ ਮੇਰੀਆਂ ਸਿੱਧੀਆਂ ਬਣਾਉਣੀਆਂ ਹੋਣਗੀਆਂ ਇਹ ਆਪਣੀ ਮਰਜ਼ੀ ਹੈ ਜੇਕਰ ਆਪਾਂ ਜ਼ਿਆਦਾ ਸਲਾਈਆਂ ਸਿੱਧੀਆਂ ਵਿੱਚ ਬਣਾਉਣੀਆਂ ਜ਼ਿਆਦਾ ਬਣਾ ਸਕਦੇ ਹਾਂ ਉਸ ਤੋਂ ਬਾਅਦ ਆਪਣਾ ਡਿਜ਼ਾਈਨ ਸਟਾਰਟ ਕਰ ਸਕਦੇ ਹਾਂ ਤਾਂ ਤਾਗਾ ਅੱਗੇ ਕਰਨਾ ਇੱਕ ਕੁੰਡਾ ਸਿੱਧਾ ਤਾਂਗਾ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜਿਹੜਾ ਆਪਣਾ ਵਿੱਚ ਕੁੰਡਾ ਦੇ ਆਸੇ-ਪਾਸੇ ਜਾਲੀ ਬਣਾਉਣੀ ਹੈ ਜਿਹੜਾ ਆਪਣੇ ਇੱਧਰ ਕੁੰਡਾ ਘੜਦਾ ਹੋਇਸ ਜਾਲੀ ਬਣਾਉਣ ਨਾਲ ਪੂਰਾ ਹੋ ਜਾਂਦਾ ਜਿਹੜਾ ਆਪਾਂ ਇੱਧਰ ਘਟਾਉਣੀ ਹੈ ਇਸ ਜਾਲੀ ਬਣਾਉਣ ਨਾਲ ਪੂਰਾ ਹੋ ਜਾਂਦਾ ਫਿਰ ਅੱਗੇ ਆਪਣੇ ਸੱਤ ਕੁੰਡੇ ਸਿੱਧੇ 1 2 10 4 5 6 7 ਫੇਰ ਪੰਜ ਕੁੰਡਿਆਂ ਤੇ ਆਪਾਂ ਉਸੇ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਦੋ ਕੁੰਡਿਆਂ ਦੇ ਇੱਕ ਕਰਨ ਤਾਗਾ ਪਾਗੇ ਕਰਨ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਉਣਾ ਕੁੰਡਾ ਪਲਟ ਕੇ ਆਪਾਂ ਜਿੰਨੇ ਵੀ ਕੁੰਡੇ ਰੱਖੇ ਹੋਣਗੇ ਆਪਾਂ ਐਸੀ ਤਰ੍ਹਾਂ ਹੀ ਬਣਾਉਣੇ ਸੱਤ ਕੁੰਡੇ ਸਿੱਧੇ ਪੰਜ ਕੁੰਡਿਆਂ ਤੇ ਡਿਜ਼ਾਈਨ ਤੇ ਲਾਸਟ ਵਿੱਚ ਆਪਣੇ ਇਧਰ ਸਟਾਰਟਿੰਗ ਤੇ ਸੱਤ ਕੁੰਡੇ ਸੀਗੇ ਇਧਰ ਵੀ ਆਪਾਂ ਸੱਤ ਕੁੰਡੇ ਬਣਾਈ ਕਰ ਲੈਣੇ ਸਿੰਪਲ ਸਿੱਧੇ 1 2 3 4 5 6 7 एक सिलाई अपने डिजाइन की कंप्लीट होगी उल्टिया सिलाइया इस डिजाइन दार उल्टिया ही बना के कंप्लीट करनी है ये सारी सिलाई मैं इस तरह ही उल्टी बनाऊंगी। ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗੀਆਂ ਹੁਣ ਆਪਾਂ ਤੀਸਰੀ ਸਲਾਈ ਤੇ ਪਹਿਲਾਂ ਆਪਾਂ 7 ਗੁੰਡੇ ਸਿੱਧੇ ਬਣਾਏ ਸੀ ਹੁਣ ਆਪਾਂ 6 ਗੁੰਡੇ ਸਿੱਧੇ ਬਣਾਵਾਂਗੇ 1 2 3 4 5 6 ਹੁਣ ਆਪਾਂ ਇਹਨਾਂ ਦੋ ਗੁੰਡਿਆਂ ਦਾ ਇੱਕ ਬਣਾਉਣਾ ਹੈ ਉਸੇ ਤਰ੍ਹਾਂ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਉਣਾ। ਫਿਰ ਆਪਾਂ ਜਾਲੀ ਬਣਾਉਣੀ। ਫਿਰ ਆਪਾਂ ਵਿੱਚ ਵਾਲੇ ਜਿਹੜੇ ਆਪਣੇ ਇਹ ਆ। ਇੱਕ ਆਪਣਾ ਇਹ ਜਾਲੀ ਵਾਲਾ ਇੱਕ, ਇੱਕ ਆਪਣਾ ਜਿਹੜਾ ਸਿੱਧਾ ਕੁੰਡਾ ਦੋ, ਇੱਕ ਆਪਣਾ ਇਹ ਜਾਲੀ ਵਾਲਾ। ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਵਿੱਚ। ਫਿਰ ਤਾਂ ਅੱਗੇ ਉਸੇ ਤਰ੍ਹਾਂ ਕੁੰਡਾ ਪਾਇਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਉਣਾ। ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਸਿੱਧੇ ਬਣਨਗੇ ਆਪਣੇ ਕਿਉਂਕਿ ਇੱਕ ਕੁੰਡਾ ਆਪਣੇ ਇੱਧਰ ਆ ਗਿਆ ਇੱਕ ਕੁੰਡਾ ਇੱਧਰ ਆ ਜੂਗਾ। ਦੋ ਕੁੰਡਿਆਂ ਦਾ ਪੈਕ ਬਣਾਉਣਾ। ਅਗਲੀ ਸਾਈਡ ਤੋਂ

4 5 6 ਇਹ ਕੰਨੀਆਂ ਦੇ ਆਪਣੇ ਜਿਹੜੇ 6 6 ਕੁੰਡੇ ਆਉਣਗੇ ਸਿੱਧੇ ਜੇਕਰ ਆਪਾਂ ਇਹ ਕੁੰਡਾ ਵਾਧੂ ਰੱਖਿਆ ਤਾਂ ਆਪਣੇ ਸਾਥ-ਸਾਥ ਆ ਜਾਣਗੇ ਮੈਂ ਇੱਥੇ ਕੋਈ ਵਾਧੂ ਕੁੰਡਾ ਨਹੀਂ ਰੱਖਿਆ ਇਸ ਲਈ ਮੇਰੇ 6 6 ਕੁੰਡੇ ਆ ਦੋਨੇ ਕੰਨੀਆਂ ਤੇ ਤੇ ਜਿਹੜੇ ਆਪਣੇ ਵਿੱਚ ਡਿਜ਼ਾਈਨ ਬਣ ਗਏ 5 5 ਕੁੰਡੇ ਹੋਣਗੇ ਕਿਉਂਕਿ ਇੱਕ ਕੁੰਡਾ ਆਪਣਾ ਇੱਧਰ ਚਲਾ ਜਾਂਦਾ ਇੱਕ ਕੁੰਡਾ ਇੱਧਰ ਆ ਜਾਂਦਾ ਤੈਨਸਲਾਗਾ ਆਪਣੇ ਡਿਜ਼ਾਈਨ ਦਾ ਕੰਪਲੀਟ ਹੋਗਾ ਚੌਥੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਉਲਟੇ ਪਾਸੇ ਤੇ ਹੁਣ ਆਪਾਂ ਪੰਜਵੀਂ ਸਲਾਈ ਤੇ ਹੁਣ ਆਪਣੇ ਇੱਥੇ ਪੰਜ ਕੁੰਡੇ ਸਿੱਧੇ ਆਉਣਗੇ 1 2 10 4 5 ਹੁਣ ਆਪਾਂ ਦੋ ਕੁੰਡਾਂ ਦਾ ਇੱਕ ਬਣਾਉਣਾ ਉਸੇ ਤਰ੍ਹਾਂ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਇਆ ਤਾਗਾ ਅੱਗੇ ਹੁਣ ਆਪਣੇ ਇੱਥੇ 2 3 5 ਕੁੰਡੇ ਵਿੱਚ ਸਿੱਧੇ ਆਉਣਗੇ 1 2 3 4 5 ਫਿਰ ਤਾਗਾ ਅੱਗੇ ਜਾਲੀ ਬਣਾਉਣੀ ਹੈ ਉਸੇ ਤਰ੍ਹਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਹੈ जे आपण तीन कुंडे सिद्धे आन गे आपण एक दो तिन हा आपण दो कुड्यांचा एक बनवण तिर उर कुंडे सिद्धे एक दो 10 4 5 ਫਿਰ ਧਾਗਾ ਅੱਗੇ ਜਾਲੀ ਬਣਾਉਣੀ ਹੈ ਹੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਹੁੰਡਾਂ ਦਾ ਇੱਕ ਬਣਾਉਣਾ ਫਿਰ ਕੰਨੀ ਵਾਲੇ ਪੰਜ ਹੁੰਡੇ ਆਪਣੇ ਸਿੱਧੇ ਇੱਕ ਦੋ 10 4 5 ਹਰ ਟਿਸ ਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਆਪਾਂ ਇਸ ਨਾਲ ਅੰਨਾ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗੀਆਂ ਤੇ ਹੁਣ ਆਪਾਂ 7ਵੀਂ ਚਲਾਈ ਤੇ ਹੁਣ ਇੱਥੇ ਜਿਹੜੇ ਆਪਣੇ ਇੱਕ ਦੋ 10 ਚਾਰ ਕੁੰਡੇ ਸਿੱਧੇ ਆਉਣਗੇ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਤਾਗਾ ਅੱਗੇ ਕਰਾਂਗੇ ਹੁਣ ਵਿੱਚ ਜਿਹੜੇ ਆਪਣੇ 1 2 3 4 5 6 7 7 ਕੁੰਡੇ ਸਿੱਧੇ ਤਾਗਾ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਾਂ ਦਾ ਇੱਕ ਬਣਾਵਾਂਗੇ ਹੁਣ ਇੱਥੇ ਆਪਣਾ ਇੱਕ ਕੁੰਡਾ ਸਿੱਧਾ ਆਊਗਾ ਇੱਕ ਕੁੰਡਾ ਸਿੱਧਾ ਫਿਰ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਸੇ ਤਰ੍ਹਾਂ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਇਆ ਤੱਗਾ ਅੱਗੇ ਵਿਚ ਵਾਲੇ ਕੁੰਡੇ ਸਾਰੇ ਸਿੱਧੇ ਇੱਕ ਦੋ 10 4 छे सतगा अगे कुंडा पलट के पिछली साइड तो दो कुंड बनावें हम अपने उस तरह चार कुंडे सीधे एक दो तीन चार उल्टी सिलाई आप सारी उल्टी बन के कंप्लीट करा ਹੁਣ ਆਪਣੀਆਂ ਇੱਥੇ 1 2 3 4 ਜਾਲੀਆਂ ਬਣ ਗਈਆਂ ਤੇ ਆਪਣਾ ਡਿਜ਼ਾਈਨ ਹੈ ਜਿਹੜਾ ਜਦੋਂ ਆਪਾਂ ਅੱਗੇ ਬਣਾਉਂਦੇ ਜਾਵਾਂਗੇ اسی ਤਰ੍ਹਾਂ ਹੀ ਬੰਦਾ ਜਾਊਗਾ ਜਿਹੜੀਆਂ ਵਿੱਚ ਆਪਾਂ ਸਿੱਧੀਆਂ ਸਲਾਂਗਾਂ ਬਣਾ ਲੈਣੀਆਂ ਉਸ ਤੋਂ ਬਾਅਦ ਫਿਰ ਆਪਣਾ ਡਿਜ਼ਾਈਨ اسی ਤਰ੍ਹਾਂ ਹੀ ਸਟਾਰਟ ਕਰ ਲੈਣਾ 7 ਕੁੰਡੇ ਸਿੱਧੇ 5 ਤੇ ਡਿਜ਼ਾਈਨ 7 ਸਿੱਧੇ 5 ਤੇ ਡਿਜ਼ਾਈਨ ਡਿਜ਼ਾਈਨ ਵਧੀਆ ਤੇ ਸੋਹਣਾ ਲੱਗਿਆ ਹੋਏ ਤਾਂ ਮੇਰੇ ਸਰਬਕ੍ਰਿਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਵੀਂ ਧੰਨਵਾਦ